ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਵੈੱਬ ਟੀਵੀ ਤੇ ਮੈਂ ਹਾਂ ਗੁਰਵਿੰਦਰ ਸਿੰਘ ਗੁਰਾਇਆ। ਜਿਵੇਂ ਕਿ ਅਜੀਤ ਵੈੱਬ ਟੀਵੀ ਹਰ ਵੇਲੇ ਪਲ ਪਲ ਦੀ ਖਬਰ ਲੈ ਕੇ ਹਾਜ਼ਰ ਹੁੰਦਾ ਹੈ ਤੇ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੁੰਨੂਪੁਰ ਦੇ ਨਾਲ ਜੁੜੀ ਇੱਕ ਖਬਰ ਲੈ ਕੇ ਹਾਜ਼ਰ ਹੋਏ ਹਾਂ। ਪਿੰਡ ਗੁੰਨੂਪੁਰ ਦੀ ਇੱਕ ਔਰਤ ਵੱਲੋਂ ਆਪਣੇ ਹੀ ਦਿਓਰ ਦੇ ਉੱਤੇ ਉਸ ਦੀ ਬੇਤਹਾ ਮਾਰ ਕਟਾਈ, ਬੇਰਹਿਮੀ ਦੇ ਨਾਲ ਮਾਰ ਕਟਾਈ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਤੇ ਇਸ ਵੇਲੇ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਉਹ ਔਰਤ ਪ੍ਰਾਣਾਸ਼ਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਆਓ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਇਹ ਕੀ ਮਾਮਲਾ ਹੈ, ਕੀ ਮਾਜਰਾ ਭੈਣ ਜੀ ਤੁਹਾਡਾ? ਸਰ ਇਹ ਜ਼ਮੀਨੀ ਪੁਰਾਣੀ ਰੰਜਿਸ਼ ਚੱਲਣ ਦੀ ਸੀ ਮੇਰੇ ਨਾਲ ਪਹਿਲੇ ਪਹਿਲੇ ਵੀ ਇੱਦਾਂ ਹੀ ਕਰਦੇ ਸੀ, ਪਰ ਹੁਣ ਮੈਂ ਘਰ 'ਚ ਇਕੱਲੀ ਰਹਿ ਰਹੀ ਅਤੇ ਇਹਨਾਂ ਨੇ ਪਹਿਲੇ ਹੀ ਬਣਾ ਰੱਖਿਆ ਵੀ ਇਹਨਾਂ ਨੂੰ ਕੁੱਟਣਾ ਹੀ ਕੁੱਟਣਾ। ਮੈਨੂੰ ਕਹਿੰਦੀ ਤੈਨੂੰ ਮਾਰ ਦੇਣਾ ਸੀ, ਅਤੇ ਸਰ ਉਹ ਮੈਨੂੰ ਆਇਆ, ਇਕੱਲਾ ਹੀ ਆਇਆ। ਆਉਂਦੇ ਉਹਨੇ ਮੈਨੂੰ ਗੇਟ 'ਚੋਂ ਫੜ ਲਿਆ, ਬਾਲਾਂ ਤੋਂ ਫੜ ਕੇ, ਕਹਿੰਦਾ ਤੇਰਾ ਕੁੱਤਾ ਭੌਂਕਦਾ। ਸਰ ਉਹਨੇ ਮੈਨੂੰ ਬਾਲਾਂ ਤੋਂ ਫੜ ਕੇ ਜੁੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿੱਦਾਂ ਹੀ ਜੁੱਤੀਆਂ ਮਾਰੇ ਮੈਂ ਆਪਣਾ ਬਚਾਅ ਕਰਨਾ ਚਾਹਿਆ, ਉਹਨੇ ਮੇਰੀਆਂ ਬਾਹਾਂ ਉੱਤੇ ਚੁੱਕ ਕੇ ਮੇਰੀ ਛਾਤੀ, ਜਿੱਦਾਂ ਜਾਣੀ ਕਿ ਜਿੱਦਾਂ ਔਰਤਾਂ ਨੂੰ। ਕੁੱਤੇ ਦੇ ਭੌਂਕਣ ਤੋਂ ਗੱਲਬਾਤ ਵਧੀ ਸੀ? ਹਾਂਜੀ ਸਰ, ਕਹਿੰਦਾ ਕੁੱਤਾ ਸਾਨੂੰ ਭੌਂਕਦਾ ਦੇਖ ਕੇ। ਠੀਕ ਹੈ, ਅੱਛਾ ਜੀ। ਅਤੇ ਸਰ ਉਹ ਤਾਂ ਇਸੇ ਗੱਲ ਤੋਂ ਹੀ ਉਹਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ, ਅਤੇ ਗੁੱਸਾ ਪਹਿਲੇ ਵੀ ਸੀ, ਇਸੇ ਤੋਂ ਹੀ ਉਹਨੇ ਮੇਰੇ ਬਾਲ ਪੁੱਟਣੇ ਸ਼ੁਰੂ ਕਰੇ, ਜੁੱਤੀਆਂ ਮਾਰੀਆਂ, ਨਾਲੇ ਜੁੱਤੀਆਂ ਮਾਰੀਆਂ ਸ਼ੁਰੂ ਕਰਤੀਆਂ, ਬਾਹਾਂ ਮੇਰੀਆਂ ਮਰੋੜਤੀਆਂ ਇਸ ਤਰ੍ਹਾਂ ਕਰਕੇ, ਅਤੇ ਧੌਣ ਮੇਰੀ ਫੜ ਲਈ ਇਹਨੇ ਨੂੰ। ਉਹਦੀ ਜਨਾਨੀ ਵੀ ਆ ਗਈ ਆ, ਉਹਨੇ ਵੀ ਮੈਨੂੰ ਕੁੱਟਣਾ ਸ਼ੁਰੂ ਕਰਤਾ ਨਾਲ ਹੀ। ਠੀਕ ਹੈ ਜੀ। ਦੋਵਾਂ ਨੇ ਜਿਲੇ ਕੁੱਟਣਾ ਸ਼ੁਰੂ ਕਰਤਾ, ਮੇਰਾ ਗਲਾ ਘੁੱਟ ਦਿੱਤਾ, ਮੇਰੀ ਜੀਭ ਬਾਹਰ ਆ ਗਈ, ਅੱਖਾਂ ਅੱਗੇ ਮੇਰੇ ਹਨੇਰਾ ਛਾ ਗਿਆ। ਸਰ ਜੁੱਤੀ ਤੇ ਜੁੱਤੀ ਚਲਾਈ ਉਹਨੇ ਮੇਰੇ ਮੁੱਕੇ, ਸਾਰੀ ਪਿੱਠ ਮੇਰੀ ਪੂਰੀ ਮੁੱਕੇ ਮਾਰ ਮਾਰ ਕੇ, ਆ ਸਾਰੇ ਦੰਦ ਮੇਰੇ ਹਲਾ ਤੇ। ਤੁਹਾਨੂੰ ਉੱਥੇ ਆਂਢ ਗੁਆਂਢ ਜਾਂ ਗਲੀ ਸਰ ਵਿੱਚ ਕੋਈ ਨਹੀਂ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਸਰ ਕੋਈ ਨਹੀਂ ਉੱਥੇ, ਕੋਈ ਨਹੀਂ, ਮੈਂ ਇਕੱਲੀ ਹੀ ਸਰ ਉੱਥੇ। ਅੱਛਾ, ਤੁਹਾਡੇ ਘਰ ਦਾ ਕੁਆ ਹੈ? ਹਾਂਜੀ ਸਰ, ਮੇਰੇ ਘਰ ਤੋਂ ਪਹਿਲੇ ਇਹਦਾ ਘਰ ਹੁੰਦਾ। ਅੱਛਾ, ਹੋਰ ਕਿੱਥੇ ਕਿੱਥੇ ਸੱਟਾਂ ਲੱਗੀਆਂ ਤੁਹਾਡੇ? ਸਰ ਮੇਰੇ ਆ ਪਿੱਛੋਂ ਸਾਰੀ ਆ ਬਾਹ ਪੂਰੀ ਸੁੱਜੀ ਹੋਈ ਆ, ਗਰਦਨ ਪੂਰੀ ਸੁੱਜੀ ਹੋਈ ਆ, ਆਹ ਚੀਜ਼ ਤੋਂ ਮੇਰੇ ਅੰਦਰ ਕੁਛ ਲੰਘਣ ਨਹੀਂ ਦਿਆ। ਅੱਛਾ ਜੀ। ਆਹ ਢਿੱਡ ਦੀਆਂ ਪੂਰੀਆਂ ਨਸਾਂ, ਆਹ ਚੀਜ਼ਾਂ ਪੂਰੀਆਂ, ਆਹ ਚੀਜ਼ ਇੱਥੇ ਨੀਲ ਪਏ ਹੋਏ ਆ ਮੇਰੇ ਦੰਦੀਆਂ ਵੱਢ ਵੱਢ ਕੇ। ਠੀਕ ਹੈ ਜੀ। ਸਰ ਤੇ ਇਸ ਸੰਬੰਧ ਵਿੱਚ ਤੁਸੀਂ ਕੋਈ ਸੰਬੰਧਿਤ ਥਾਣਾ ਵਿੱਚ, ਜਿਵੇਂ ਤੁਹਾਨੂੰ ਭੈਣੀ ਵੀ ਹੈ, ਖਾਂ ਪੁਲਿਸ ਸਟੇਸ਼ਨ ਪੈਂਦਾ ਗੁਨੋਪੁਰ ਨੂੰ, ਤੇ ਕੋਈ ਲਿਖਤੀ ਸ਼ਿਕਾਇਤ ਜਾਂ ਕੋਈ ਇਤਲਾਹ ਫੋਨ ਦੇ ਦਿੱਤੀ? ਹਾਂਜੀ ਸਰ, ਦਿੱਤੀ। ਸਰ ਮੈਂ ਜਿਸ ਟਾਈਮ ਮੈਨੂੰ ਕੁੱਟਿਆ ਮੈਨੂੰ ਨਹੀਂ ਸੀ ਪਤਾ ਵੀ ਭੈਣੀ ਜਾਣਾ, ਮੈਂ ਛਾਲੇ ਆ ਗਈ ਜੀ। ਜੀ, ਛਾਲੇ ਆ ਮੈਨੂੰ ਜਗਤਪੁਰ, ਉਹ ਕਹਿੰਦੇ ਤੁਸੀਂ ਜਗਤਪੁਰੇ ਚਲੇ ਜਾਓ। ਹਾਂਜੀ, ਮੇਰਾ ਭਰਾ ਇੱਥੇ ਆ ਕੇ ਮੈਨੂੰ, ਉਹਨੇ ਭਰਾ ਮੈਨੇ ਇੱਥੇ ਆ ਕੇ ਮੈਨੂੰ ਐਡਮਿਟ ਕਰਾਇਆ। ਠੀਕ ਹੈ ਸਰ, ਕੋਈ ਨਹੀਂ, ਕਿਸੇ ਨੇ ਨਹੀਂ ਮੈਨੂੰ ਉੱਥੇ ਕਿਸੇ ਨੇ ਨਹੀਂ ਛਡਾਇਆ, ਮੈਂ ਪਿੰਡ ਵਿੱਚ ਦੌੜੀ ਗਈ, ਸਾਰੇ ਇਕੱਠੇ ਹੋਏ, ਉਹਨਾਂ ਨੇ ਮੈਨੂੰ ਬਹੁਤ ਜ਼ੋਰ ਜ਼ੋਰ ਦੀ ਕੁੱਟਿਆ। ਠੀਕ ਹੈ ਭੈਣ ਜੀ। ਭੈਣ ਜੀ, ਤੁਹਾਡੇ ਕੋਈ ਬਿਆਨ ਵਗੈਰਾ ਪੁਲਿਸ ਵੱਲੋਂ ਲਏ ਗਏ ਨੇ? ਹਾਂ ਸਰ, ਲੈ ਬਿਆਨ ਪੁਲਿਸ ਲੈ ਗਈ ਮੇਰੇ। ਤੇ ਕੀ ਚਾਹੁੰਦੇ ਤੁਸੀਂ? ਸਰ ਮੈਨੂੰ ਇਨਸਾਫ ਚਾਹੀਦਾ, ਉਹਨਾਂ ਨੇ ਮੈਨੂੰ ਬਹੁਤ ਤੰਗ ਕੀਤਾ ਹੋਇਆ, ਮੇਰਾ ਜੀਣਾ ਹਰਾਮ ਕਰ ਰੱਖਿਆ ਇਹਨਾਂ ਨੇ, ਕਹਿੰਦੇ ਤੈਨੂੰ ਮਾਰ ਦੇਣਾ ਸੀ। ਠੀਕ ਹੈ ਜੀ। ਤੁਸੀਂ ਪੀੜਤਾ ਦੀ ਗੱਲਬਾਤ ਸੁਣੀ ਹੈ, ਕਈ ਵਾਰੀ ਛੋਟੀਆਂ ਛੋਟੀਆਂ ਘਰੇਲੂ ਗੱਲਾਂ ਹੁੰਦੀਆਂ ਨੇ, ਜਿਵੇਂ ਉਹਨਾਂ ਨੇ ਦੱਸਿਆ ਕਿ ਪਾਲਤੂ ਕੁੱਤਾ ਜੋ ਹੈ ਉਹਨਾਂ ਨੇ ਘਰ ਦੇ ਵਿੱਚ ਰੱਖਿਆ ਹੋਇਆ ਸੀ, ਅਤੇ ਕੁੱਤੇ ਦੇ ਭੌਂਕਣ ਦੀ ਰੰਜਿਸ਼ ਨੂੰ ਲੈ ਕੇ ਜਿਹੜਾ ਇਹਨਾਂ ਦਾ ਮਾਮਲਾ ਇੱਕ ਖੂਨੀ ਝੜਪ ਦੇ ਵਿੱਚ ਬਦਲ ਚੁੱਕਾ ਹੈ, ਅਤੇ ਹੁਣ ਅਸੀਂ ਕੋਸ਼ਿਸ਼ ਕਰਾਂਗੇ, ਇਹਨਾਂ ਨੇ ਆਪਣੇ ਦਿਓਰ ਇੰਦਰਜੀਤ 'ਤੇ ਦੋਸ਼ ਲਾਏ ਨੇ ਮਾਰ ਕਟਾਈ ਦੇ, ਉਹਨਾਂ ਨਾਲ ਫੋਨ ਕਾਲ 'ਤੇ ਗੱਲਬਾਤ ਕਰਕੇ ਉਹਨਾਂ ਦਾ ਪੱਖ ਜਾਣਨਾ ਚਾਹਾਂਗੇ, ਕੋਸ਼ਿਸ਼ ਕਰਾਂਗੇ ਫੋਨ ਕਰਨ ਦੀ, ਤਾਂ ਜੋ ਦੋਵਾਂ ਧਿਰਾਂ ਦਾ ਜੋ ਸਾਨੂੰ ਪੱਖ ਮਿਲ ਸਕੇ। ਕੋਸ਼ਿਸ਼ ਕਰ ਰਹੇ ਹਾਂ ਜੀ ਫੋਨ ਦੁਆਰਾ ਇੰਦਰਜੀਤ ਸਿੰਘ ਜੋ ਪੀੜਤਾ ਦੇ ਦਿਓਰ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ, ਉਹਨਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੇ ਉਹਨਾਂ ਨਾਲ ਗੱਲਬਾਤ ਹੋ ਸਕੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਰਦਾਰ ਇੰਦਰਜੀਤ ਸਿੰਘ ਨਾਲ ਗੱਲਬਾਤ ਹੋ ਰਹੀ ਹੈ ਜੀ ਮੇਰੀ? ਜੀ ਸਰ, ਜੀ ਸਰ, ਮੈਂ ਅਜੀਤ ਵੈੱਬ ਟੀਵੀ ਤੋਂ ਪੱਤਰਕਾਰ ਗੁਰਵਿੰਦਰ ਗੁਰਾਇਆ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ ਤੁਹਾਡੇ ਜਿਹੜੇ ਭਰਜਾਈ ਨੇ ਉਹਨਾਂ ਨੇ ਤੁਹਾਡੇ 'ਤੇ ਮਾਰ ਕਟਾਈ ਦੇ ਦੋਸ਼ ਲਗਾਏ ਨੇ ਇੱਕ ਕੁੱਤੇ ਦੀ ਰੰਜਿਸ਼ ਨੂੰ ਲੈ ਕੇ। ਕੁੱਤੇ ਦੇ ਭੌਂਕਣ ਤੋਂ ਉਹਨਾਂ ਦੱਸਿਆ ਕਿ ਮਾਮਲਾ ਵਧਿਆ ਸੀ ਅਤੇ ਬੇਤਹਾ ਉਹਨਾਂ ਦੀ ਮਾਰ ਕਟਾਈ ਕੀਤੀ ਗਈ ਹੈ, ਅਤੇ ਹੋਰ ਵੀ ਉਹਨਾਂ ਨੇ ਗੰਭੀਰ ਦੋਸ਼ ਲਗਾਏ ਨੇ ਤੁਹਾਡੇ 'ਤੇ। ਕੀ ਪੱਖ ਦੇਣਾ ਚਾਹੁੰਦੇ ਆਪਣਾ? ਅਸਲੀ ਤੌਤੇ ਸਾਡੀ ਉਹ ਭਰਜਾਈ ਜਿਹੜੀ ਸਾਡੀ ਮਾਮਾ ਬਰਾਬਰ, ਅਸੀਂ ਉਹਨੂੰ ਅਸੀਂ ਵੱਡੀ ਮਾਂ ਹੀ ਸਮਝਦੇ ਹਾਂ, ਵੱਡੀ ਭਰਜਾਈ ਹੈ ਜੀ। ਜੀ, ਤੇ ਦੂਸਰਾ ਇਹ ਹੈਗਾ ਕਿ ਕੁੱਤੇ ਤੋਂ ਥੋੜੀ ਬੁੱਧੀ ਸਾਡੇ ਕਿੰਨੇ ਦਿਨਾਂ ਦਾ ਇਹ ਗੱਲ ਹੋਣ ਦੀ ਸੀ, ਕੁੱਤਾ ਜਾਨੀ ਕਿ ਭਰਜਾਈ ਸਾਡੀ ਛੱਡ ਦਿੰਦੀ। ਹਾਂ, ਕੁੱਤੇ ਤੋਂ ਦੱਸਿਆ ਉਹਨਾਂ ਨੇ ਕਿ ਕੁੱਤੇ ਤੋਂ ਕੋਈ ਗੱਲਬਾਤ ਹੋਈ ਹੈ ਜੀ। ਹਾਂਜੀ ਹਾਂਜੀ ਸਰ, ਉਹ ਮੈਂ ਗੱਡੀ ਉੱਧਰੋਂ ਲੈ ਜਾਂਦਾ ਤੇ ਉਹ ਫਿਰ ਉਹ
ਕੁੱਤੇ ਨੂੰ ਛੱਡ ਦਿੰਦੀ ਸੀ ਠੀਕ ਹੈ। ਤੇ ਤੁਹਾਡੀ ਗੱਡੀ, ਜਦੋਂ ਮੈਂ ਤੁਹਾਡੀ ਤੁਹਾਡੀ ਗੱਡੀ ਮਾਫ਼ ਕਰਨਾ, ਤੁਹਾਡੀ ਗੱਲ ਰੋਕ ਰਹੇ ਹਾਂ, ਤੁਹਾਡੀ ਗੱਡੀ ਉਹਨਾਂ ਦੇ ਕਿਤੇ ਗੇਟ ਦੇ ਲਾਗੇ ਲੱਗੀ ਹੁੰਦੀ, ਉਹਨਾਂ ਦੇ ਘਰ ਵਾਲੀ ਸਾਈਡ 'ਤੇ? ਉਹਨਾਂ ਦੇ ਘਰ ਤੋਂ ਅਗਲੇ ਪਾਸੇ ਸਾਡੇ ਉਹਨਾਂ ਦੀ ਲੱਗੀ ਹੁੰਦੀ ਹੈ, ਸਾਡੀ ਵੀ ਲੱਗੀ ਹੁੰਦੀ ਹੈ। ਠੀਕ ਹੈ ਠੀਕ ਹੈ, ਕਰੂ ਗੱਲ ਜੀ। ਹਾਂਜੀ ਹਾਂ, ਅਤੇ ਸਰ ਇਸ ਤਰ੍ਹਾਂ ਹੈਗਾ ਵੀ ਉਹ ਮੈਂ ਰਿਸ਼ਤੇਦਾਰਾਂ ਨੂੰ ਵੀ ਕਿਹਾ ਇਹ ਗੱਲ ਦਾ, ਇਹ 2-3 ਮਹੀਨੇ ਹੋਏ ਗੱਲ ਚੱਲਦੇ ਆ। ਰਿਸ਼ਤੇਦਾਰਾਂ ਨੇ ਵੀ ਇਹਨਾਂ ਨੂੰ ਸਮਝਾਇਆ, ਮੁੜ ਕੇ ਪੰਚਾਇਤ ਨੂੰ ਮੈਂ ਲਿਖ ਵੀ ਦਿੱਤਾ ਰਿਟਨ। ਹਾਂਜੀ ਉਹਨਾਂ ਨੇ ਵੀ ਸਮਝਾਇਆ ਜੀ ਜੀ ਪਰ ਇਹ ਹੁਣ ਮੁੜ ਕੇ ਸਾਡਾ ਇਹ ਮੁੜ ਕੇ ਹੋਇਆ ਵੀ ਮੈਂ ਉੱਧਰ ਗੱਡੀ ਲੈਣ ਗਿਆ ਵਾਂ ਅਤੇ ਇਹਨੇ ਕੁੱਤਾ ਛੱਡਤਾ ਜੀ ਜੀ ਕੁੱਤੇ ਨੇ ਜਿਹੜੀ ਜਿਵੇਂ ਲੱਤ ਜਿਹੜੀ ਆ ਉਹ ਦੇਖੋ ਤੁਸੀਂ ਆਣ ਕੇ ਅਤੇ ਭਾਪੀ ਕੱਟੀ ਆ ਜੀ ਉਹ। ਅੱਛਾ ਜੀ, ਤੁਹਾਡੀ ਲੱਤ ਉੱਤੇ ਕੱਟਿਆ ਕੁੱਤੇ ਨੇ ਜੀ? ਹਾਂਜੀ ਹਾਂਜੀ ਬਿਲਕੁਲ ਜੀ। ਅੱਛਾ ਜੀ, ਅਤੇ ਉਸ ਤੋਂ ਬਾਅਦ ਮੈਂ ਭਰਜਾਈ ਨੂੰ ਸੌਂ ਕਿਹਾ, ਮੈਂ ਕਿਹਾ ਭਰਜਾਈ ਠੀਕ ਹੈ ਜੀ। ਇਹ ਵੀ ਤੁਹਾਡੇ ਤੁਹਾਡੇ ਅੰਦਰ ਆਣ ਕੇ ਮਰਨ ਪਏ ਆ। ਧੰਨਵਾਦ ਜੀ ਗੱਲਬਾਤ ਕਰਨ ਦਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਤੁਸੀਂ ਇੰਦਰਜੀਤ ਦਾ ਵੀ ਪੱਖ ਸੁਣਿਆ, ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਲੱਤ ਜੋ ਹੈ ਕੁੱਤੇ ਵੱਲੋਂ ਕੱਟੀ ਗਈ ਹੈ, ਅਤੇ ਪਹਿਲਾਂ ਵੀ ਜੋ ਕੁੱਤਾ ਉਹਨਾਂ ਦੇ ਪਿੱਛੇ ਛੱਡਿਆ ਜਾਂਦਾ ਸੀ ਅਤੇ ਉਹਨਾਂ ਨੇ ਪੰਚਾਇਤ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਸੀ, ਅਤੇ ਉਹਨਾਂ ਨੇ ਕਿਹਾ ਕਿ ਇਸ ਗੱਲ ਨੂੰ ਲੈ ਕੇ ਉਹਨਾਂ ਦਾ ਤਕਰਾਰ ਜ਼ਰੂਰ ਹੋਇਆ ਹੈ, ਅਤੇ ਜਿਹੜੇ ਉਹਨਾਂ ਨੇ ਦੋਸ਼ ਲਗਾਏ ਨੇ ਉਹਨਾਂ ਨੂੰ ਨਕਾਰਦਿਆਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਭਰਜਾਈ ਵੱਲੋਂ ਵੀ ਉਹਨਾਂ ਦੇ ਪਰਿਵਾਰ ਦੀ ਮਾਰ ਕੁਟਾਈ ਕੀਤੀ ਗਈ ਹੈ। ਇਸ ਸੰਬੰਧ ਦੇ ਵਿੱਚ ਸਾਡੀ ਆਲਰੇਡੀ ਥਾਣਾ ਮੁਖੀ ਭੈਣੀ ਮੀਆਂ ਖਾਨ ਦੇ ਨਾਲ ਗੱਲਬਾਤ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ, ਮਾਮਲੇ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਜੋ ਵੀ ਦੋਸ਼ੀ ਹੋਇਆ ਉਹਦੇ ਖਿਲਾਫ਼ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਸਹਿਯੋਗੀ ਕੈਮਰਾਮੈਨ ਦੇ ਨਾਲ ਮੈਂ ਗੁਰਵਿੰਦਰ ਸਿੰਘ ਗਰਾਇਆ, ਅਜੀਤ ਵੈਬ ਟੀਵੀ, ਗੁਰਦਾਸਪੁਰ। ਦੇਸ਼ ਦੁਨੀਆ ਦੀਆਂ ਤਾਜ਼ਾ ਖ਼ਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।